ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਆਜ਼ਾਦ ਨਿਊਜ਼ ਟੀਵੀ ਤੇ ਮੈਂ ਹਾਂ ਹਰਨੀਤ ਸਿੰਘ। ਤਰਨਤਾਰਨ ਸਾਹਿਬ ਵਿਖੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ ਤਰਨਤਾਰਨ ਇਕਾਈ ਦੀ ਮੀਟਿੰਗ ਸਰਪ੍ਰਸਤ ਤਰਸੇਮ ਸਿੰਘ ਭੋਪਾਲ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿੱਚ ਉਚੇਚੇ ਤੌਰ ਤੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੇ ਆਲ ਇੰਡੀਆ ਪ੍ਰਧਾਨ ਸੰਜੀਵ ਪੁੰਜ ਅਤੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਰਾਜੇਸ਼ ਕੌਂਡਲ ਜੀ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਪੱਤਰਕਾਰਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨਾਲ ਕਿਸੇ ਵੀ ਤਰ੍ਹਾਂ ਦਾ ਨਜਾਇਜ਼ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗੱਲਬਾਤ ਕਰਦਿਆਂ ਸੰਜੀਵ ਪੁੰਜੀ ਨੇ ਪੱਤਰਕਾਰਾਂ ਨੂੰ ਭਰੋਸਾ ਦਵਾਇਆ ਕਿ ਐਸੋਸੀਏਸ਼ਨ ਉਨ੍ਹਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹੈ। ਇਸ ਮੌਕੇ ਤੇ ਸੀਨੀਅਰ ਪੱਤਰਕਾਰ ਜਸਵਿੰਦਰ ਸਿੰਘ ਮੱਲੀ, ਹਰਨੀਤ ਸਿੰਘ, ਹਰਜੀਤ ਸਿੰਘ, ਹਰਸ਼ ਪੁੰਜ, ਮਨੀ ਖੋਸਲਾ ਅਤੇ ਮੋਨੂ ਆਦਿ ਹਾਜ਼ਰ ਸਨ। ਧੰਨਵਾਦ। ਪੱਤਰਕਾਰ ਭਾਈਚਾਰਾ, ਪ੍ਰੈਸ ਸੰਘਰਸ਼ ਯੂਨੀਅਨ, ਪੱਤਰਕਾਰ ਭਾਈਚਾਰਾ। ਅੱਜ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਤਰਨਤਾਰਨ ਇਕਾਈ ਦੀ ਮੀਟਿੰਗ ਤਰਨਤਾਰਨ ਵਿਖੇ ਸਰਪ੍ਰਸਤ ਤਰਸੇਮ ਸਿੰਘ ਭੋਪਾਲ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਮੈਂ ਵੀ ਅੱਜ ਇੱਥੇ ਹਾਜ਼ਰੀ ਭਰੀ ਹੈ ਔਰ ਇੱਥੇ ਆਇਆ, ਪੱਤਰਕਾਰਾਂ ਨਾਲ ਗੱਲਬਾਤ ਕੀਤੀ, ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਨੇ ਔਰ ਇਹਨਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਉੱਤੇ ਵਿਚਾਰ ਵਟਾਂਦਰੇ ਕੀਤੇ ਗਏ ਆ। ਔਰ ਅੱਜ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵੱਲੋਂ ਜੋ ਪੱਤਰਕਾਰ ਵੀਰ ਜਥੇਬੰਦੀ ਤੋਂ ਬਾਹਰ ਗਏ ਸੀਗੇ, ਅੱਜ ਉਹਨਾਂ ਦੇ ਘਰ ਮੁੜ ਵਾਪਸੀ 'ਤੇ ਵਧਾਈ ਦਿੱਤੀ ਹੈ ਉਹਨਾਂ ਨੂੰ ਔਰ ਉਹਨਾਂ ਨੇ ਯਕੀਨ ਦਵਾਇਆ ਕਿ ਪਿਛਲੇ ਕੁਛ ਮਹੀਨੇ ਪਹਿਲੋਂ ਕੁਛ ਸਾਡੇ ਪੱਤਰਕਾਰ ਸਾਥੀਆਂ ਨੂੰ ਬਹਿਲਾ ਫਸਲਾ ਕੇ ਜਥੇਬੰਦੀ 'ਚੋਂ ਬਾਹਰ ਲੈ ਕੇ ਗਏ ਸੀਗੇ, ਜੋ ਉਹਨਾਂ ਨੂੰ ਛੱਡ ਕੇ ਹੁਣ ਸਾਡੇ ਸਾਥੀ ਫਿਰ ਦੁਬਾਰਾ ਆਪਣੇ ਘਰ ਵਾਪਸ ਮੁੜੇ ਆ। ਅਤੇ ਮੈਂ ਸਮਝਦਾ ਕਿ ਹੁਣ ਗਾਂ ਬੜੀ ਸੂਝਬੂਝ ਔਰ ਸਮਝਦਾਰੀ ਨਾਲ ਕੰਮ ਲੈਣਗੇ ਮੇਰੇ ਵੀਰ ਜਿੰਨੇ ਵੀ ਆ, ਔਰ ਅੱਛੇ ਬੁਰੇ ਦੀ ਸਾਨੂੰ ਸਾਰਿਆਂ ਨੂੰ ਪਰਖ ਹੋ ਜਾਂਦੀ ਹੈ, ਚਲੋ ਜੋ ਵੀ ਹੁੰਦਾ ਵਧੀਆ ਹੀ ਹੁੰਦਾ ਵਾ। ਔਰ ਮੈਂ ਇੱਥੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਉੱਚੇ ਮਿਆਰ ਵਾਲੀ ਪੱਤਰਕਾਰੀ ਕੀਤੀ ਜਾਵੇ ਔਰ ਬੇਦਾਗ ਹੋ ਕੇ ਕੰਮ ਕੀਤਾ ਜਾਵੇ, ਕਿਸੇ ਨੂੰ ਵੀ ਆਪਣੇ 'ਤੇ ਉਂਗਲ ਚੁੱਕਣ ਦਾ ਮੌਕਾ ਨਾ ਦਿੱਤਾ ਜਾਵੇ। ਔਰ ਇਹੋ ਜਿਹੀਆਂ ਮੈਂ ਬੇਨਤੀਆਂ ਕਰਦਾ ਔਰ ਕਿਸੇ ਵੀ ਸਾਥੀ ਨੂੰ ਅਗਰ ਜ਼ਰੂਰਤ ਪੈਂਦੀ ਹੈ ਤਾਂ ਉਹ ਸਾਡੇ ਇੱਥੋਂ ਸਰਪ੍ਰਸਤ ਸਰਦਾਰ ਤਰਸੇਮ ਸਿੰਘ ਭੋਪਾਲ ਜੀ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਜਾਂ ਡਾਇਰੈਕਟ ਮੇਰੇ ਨਾਲ ਗੱਲ ਕਰ ਸਕਦੇ ਆ। ਔਰ ਅਸੀਂ 24 ਘੰਟੇ ਸੇਵਾ ਵਿੱਚ ਹਾਜ਼ਰ ਹਾਂ, ਸਾਡੇ ਇੱਥੋਂ ਬਹੁਤ ਹੀ ਸੀਨੀਅਰ ਆਗੂ ਜਥੇਬੰਦੀ ਦੇ ਨਿਯੁਕਤ ਕੀਤੇ ਹੋਏ ਨੇ, ਸਰਦਾਰ ਜਸਵਿੰਦਰ ਸਿੰਘ ਜੀ ਮੱਲੀ, ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ, ਪੁਸ਼ਪਿੰਦਰ ਸਿੰਘ ਬੰਟੀ ਜੀ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ, ਦਿਨੇਸ਼ ਵਾਲੀਆ ਜੀ, ਮਨਵਿੰਦਰ ਮਲਾਪ ਜੀ, ਸੰਦੀਪ ਜੀ ਔਰ ਸਾਹਿਬ ਜੀ ਜਿੰਨੇ ਵੀ ਸਾਡੇ ਪੁਰਾਣੇ ਸਾਥੀ ਆ, ਰਾਜਨ ਮਨਦੀਪ ਰਾਜਨ ਜੀ ਔਰ ਹੋਰ ਵੀ ਬਹੁਤ ਵਰਿਸ਼ਠ ਪੱਤਰਕਾਰ ਜੀਵਨ ਜੱਜ ਜੀ, ਇਹਨਾਂ ਤੋਂ ਇਲਾਵਾ ਮੈਂ ਹੁਣ ਕਈ ਅਜਿਹੇ ਨਾਂ ਨੇ ਜਿਹੜਾ ਇਸ ਸਮੇਂ ਮਤਲਬ ਵੀਡੀਓ ਜਿਹੜੀ ਹੈ ਲੰਬੀ ਹੋ ਜਾਂਦੀ ਹੈ ਔਰ ਗੱਲਬਾਤ ਜਿਹੜੀ ਹੈ ਉਹਨੀ ਅਸੀਂ ਕਰਨਾ ਚਾਹੁੰਦੇ ਹਾਂ ਜਿਸ ਨਾਲ ਸਾਰਾ ਜ਼ਰੂਰਤ ਮੁਤਾਬਕ। ਸੋ ਮੈਂ ਬੇਨਤੀ ਕਰਦਾ ਕਿ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਨਾਲ ਬਣੇ ਰਹਿਣਾ, ਜੁੜੇ ਰਹਿਣਾ ਅਤੇ ਆਪਣਾ ਨਾਮ ਦੱਸ ਕੇ ਅਤੇ ਸੰਸਥਾ ਦਾ ਨਾਮ ਦੱਸ ਕੇ ਮੀਟਿੰਗ ਹੋਈ ਹੈ, ਏਜੰਡਾ ਕੀ ਸੀਗਾ ਉਹਦੇ ਬਾਰੇ ਦੱਸ ਦਿਓ ਬਰੀਫ ਕਰ। ਮੇਰਾ ਨਾਂ ਜੀ ਤਰਸੇਮ ਸਿੰਘ ਭੋਪਾਲ ਹੈ ਅਤੇ ਅੱਜ ਜਿਹੜੀ ਆ ਪਹਿਲੀ ਮੀਟਿੰਗ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ ਗੁਰੂ ਅਰਜਨ ਦੇਵ ਜੀ ਨਗਰੀ ਸਰਾਂ ਦੇ ਵਿੱਚ ਤਰਨ ਤਾਰਨ ਸਾਹਿਬ ਵਿਖੇ ਹੋਈ ਆ, ਜਿਸ ਦੇ ਵਿੱਚ ਮੈਨੂੰ ਇੱਥੇ ਜ਼ਿੰਮੇਵਾਰੀ ਦਿੱਤੀ ਗਈ ਆ ਤਰਨ ਤਾਰਨ ਜ਼ਿਲ੍ਹੇ ਦੀ ਸਰਪ੍ਰਸਤੀ ਦੀ। ਔਰ ਸਾਡੇ ਇਸ ਪਹਿਲੀ ਮੀਟਿੰਗ ਦੇ ਵਿੱਚ ਜਿੰਨੇ ਵੀ ਸਾਡੇ ਸਾਥੀ ਪੱਤਰਕਾਰ ਸੀ ਉਹ ਪਹੁੰਚੇ ਨੇ ਔਰ ਵਿਸ਼ੇਸ਼ ਤੌਰ 'ਤੇ ਪੁੰਜ ਸਾਹਿਬ ਪਹੁੰਚੇ ਨੇ, ਸੰਜੀਵ ਪੁੰਜ ਜੀ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਉਹਨਾਂ ਨੇ ਆ ਕੇ ਸਾਡਾ ਹੌਸਲਾ ਵਧਾਈ ਕੀਤੀ, ਉਹਨਾਂ ਦੇ ਨਾਲ ਰਾਜੇਸ਼ ਕੁੰਡਲ ਜੀ ਪਹੁੰਚੇ ਨੇ
और उन्होंने जिहड़ी मैनूं जिम्मेवारी दित्ती आ मैं उहदे ते उहनां नूं विश्वास दवाया कि मैं प्रैस संघर्ष जर्नलिस्ट एसोसीएशन का दिन रात एक करके ਵੱਧ ਤੋਂ ਵੱਧ ਜਿਹੜਾ ਵਾ ਨਾਮ ਰੋਸ਼ਨ ਕਰਾਂਗਾ ਔਰ ਚੰਗੇ ਕੰਮਾਂ ਵਾਸਤੇ ਸਾਰੇ ਪੱਤਰਕਾਰਾਂ ਨੂੰ ਪ੍ਰੇਰਦਾ ਰਵਾਂਗਾ ਔਰ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵਾਸਤੇ ਮੈਂ ਦਿਨ ਰਾਤ ਕੰਮ ਕਰਦਾ ਰਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਿੰਦਰ ਸਿੰਘ ਮੱਲੀ, ਸੀਨੀਅਰ ਜਰਨਲਿਸਟ ਚੜ੍ਹਦੀ ਕਲਾ ਟਾਈਮ ਟੀਵੀ ਐਂਡ ਵੀਡੀਓ ਡਾਇਰੈਕਟਰ ਤਰਨ ਤਾਰਨ। ਅੱਜ बहुत ही खुशी का दिहाड़ा है कि प्रैस संघर्ष जर्नलिस्ट यूनियन दे विच भोपाल साहब जिहड़े साडे इत्थों दे सरप्रस्त ने उन्हां दे उद्दम सदका उन साहब की रहर भाई हेठ मैं इस यूनियन दे विच शामिल होया और इन्हां मैनूं बहुत ही माण सत्कार दिता ते इस वास्ते मैनूं इह महसूस होया कि यह यूनियन जिहड़ी आ इह बुलंदियां ते जाएगी ते जा भी रही आ। बाकी जिहड़े भी जिहड़े बंदे साडे विच जां बाहर चलाकियां करदे ने, ठगियां करदे ने, ब्लैकमेलिंग करदे ने, उन्हां वास्ते सतगुर दे चरणां विच बेनती है कि अपने आप ही परमात बख्शो उन्हां नूं। तां फिर जल्द ही गुरु अर्जन देव दे आशीर्वाद दे नाल एक प्रोग्राम लिख रहे हां जिहड़ा कि पंजाब दा नहीं सिर्फ तरन तारण का ही जिहड़ा वा डिस्ट्रिक्ट दा होवेगा।